ਮੇਰਾ ਖਿਆਲ ਅੱਬਾ ਕੋਈ ਨਹੀਂ ਆਇਆ, ਨਹੀਂ ਆਇਆ ਤੇ ਪੱਠੇ ਹੀ ਕੋਈ ਨਹੀਂ ਅਸਲੀ ਪਏ, ਮੱਝਾਂ ਭੁੱਖੀਆਂ ਹੋਈਆਂ ਨੇ, ਪੱਠੇ ਲੈ ਕੇ ਨਹੀਂ ਆਇਆ। ਪਤਾ ਨਹੀਂ ਅੱਬਾ ਕਿੱਥੇ ਰਹਿ ਗਿਆ, ਮਾਲ ਭੁੱਖਾ ਪਿਆ ਏ, ਅੱਬਾ ਆਏ ਨਹੀਂ, ਨਾ ਪੱਠੇ ਨੇ, ਅਸੀਂ ਕੀ ਕਰੀਏ ਹੁਣ, ਅਸੀਂ ਇੱਥੇ ਮਸ਼ੀਨ ਬੈਗ ਪੱਠੇ ਆਵਣ ਤੇ ਮਾਲ ਨੂੰ ਪਾਈਏ, ਮਾਲ ਤਾਂ ਭੁੱਖਾ ਖਾ ਲਾ, ਕਿਉਂ ਟਾਈਮ ਹੋਇਆ। ਮੈਂ ਤੇ ਅੱਖ ਮਸ਼ੀਨ ਤੇ ਜਾ ਕੇ ਵੇਨ ਨਹੀਂ, ਅੱਬਾ ਪੱਠੇ ਸੁੱਟ ਗਿਆ ਹੋਏਗਾ ਤੇ ਚੱਲ ਕੁਤਰਾ ਕਰਕੇ ਤੇ ਉਹਨਾਂ ਦੇ ਅੱਗੇ ਗੱਤ ਦੇ ਸਾਂ। ਉਹ ਆਏ ਨਹੀਂ ਅਲੀ, ਪਤਾ ਨਹੀਂ ਕਿੱਥੇ ਰਹਿ ਗਿਆ, ਆਵਣ ਆਏ ਵੇਖ ਲੈਂਦੇ ਆ, ਪਤਾ ਨਹੀਂ ਵਿਹਨੀ ਆ ਜੀ। ਕੁਤਰਾ ਸਹੀ ਹੈ ਕਿ ਪੱਠੇ ਪਾਓ ਨਾ, ਇਹ ਨਹੀਂ ਤੇ ਮਾਲ ਭੁੱਖਾ ਖਾਇਆ, ਪੱਠੇ ਪਾਈਏ, ਮਾਲ ਆਪ ਹੀ ਪਾਣ ਦੇ, ਕੋਈ ਨਹੀਂ ਪੱਠੇ ਨਾ। ਹਾਂਜੀ ਇਹ ਤੇ ਸਾਰੇ ਸੁੱਕੇ ਪਏ ਨੇ, ਸੁੱਕੇ ਨੇ, ਗਿੱਲੇ ਨੇ ਥੋੜੇ ਨੇ, ਚੋਖੇ ਨੂੰ ਪਾਓ ਤੇ ਸਹੀ ਨਾ, ਮਾਲ ਭੁੱਖਾ ਖਾਇਆ। ਇਹਨਾਂ ਨਾਲ ਵਿਚਾਰਿਆਂ ਦਾ ਕੀ ਬਣਨਾ ਹੈ, ਬਣ ਜਾ ਸੀ ਕਿਹੜਾ ਕੁਝ ਬਣਨਾ ਹੋਇਆ, ਥੋੜੇ ਜੇ ਹੈਗੇ ਨੇ ਸੁੱਕੇ ਗਿੱਲੇ, ਥੋੜੀ ਤੂੜੀ ਲਾ ਲੈਣੇ ਉਹਨਾਂ ਦਾ, ਕੋਈ ਤਾਂ ਗੁਜ਼ਾਰਾ ਹੋਵੇ ਨਾ, ਚਿਹਰਾ ਭੁੱਖੇ ਖਾਏ ਹੋਏ ਨੇ, ਉਹ ਕੁਛ ਖਾਣਗੇ ਤੇ ਕੁਛ ਵੇਖਣਗੇ ਵਿਚਾਰੇ। ਚਲੋ ਕੋਈ ਹੋਰ ਲੈ ਆਵਾਂਗੇ ਨਾ, ਤਾਂ ਮੋਟ ਚੁੰਮਣ ਦਾ ਟਾਈਮ ਹੋਇਆ ਸੀ ਨਾ, ਮੋਟ ਪੱਠੇ ਪਾਸ ਰਾਜਾ ਸੀ ਮਾਲ। ਇਹ ਵੱਟੇ ਕਿੱਥੋਂ ਆਉਂਦੇ ਪਏ ਨੇ, ਇਹ ਕਿਹੜਾ ਹਰਾਮ ਦਾ ਹਰਾਮ ਤੇ ਉਹ ਸ਼ਰਮ ਨਹੀਂ ਆਉਂਦੀ, ਵੱਟੇ ਪਸਤੇ ਆਉਂਦੇ ਹੈ, ਕਿੱਥੋਂ ਮਾਰਦਾ ਮੈਂ ਕੋ ਵੱਟੇ, ਉਹ ਮੈਂ ਉਹ ਮੈਂ ਤੇ ਵੱਟੇ ਮਰੇ ਨਾ ਤੁਹਾਨੂੰ, ਹੋਣਾ ਚਾਹੀਦਾ ਤੁਹਾਨੂੰ ਵੱਟੇ ਮਾਰਦੇ ਤੁਸੀਂ। ਅੱਛਾ ਹੁਣ ਮੇਰੇ ਵੱਟੇ ਵੱਟੇ ਮਾਰਦੇ ਨੇ ਤੁਸੀਂ, ਮੇਰੇ ਵੱਟੇ ਹੁਣ ਤੁਹਾਨੂੰ ਬੜੇ ਬੁਰੇ ਪੈ ਲੱਗਦੇ ਨਾ, ਜਰਾ ਸ਼ਰਮ ਨਹੀਂ ਆਉਂਦੀ, ਇਹ ਤਾਂ ਤੁਹਾਡੀ ਭੈਣ ਬੈਠੀ ਵੱਟੇ ਮਾਰਦੇ ਪਏ। ਉਹ ਭੈਣ ਤਾਂ ਮੇਰੀ ਘਰ ਹੈ, ਤੁਸੀਂ ਭੈਣਾਂ ਨਾਲੋਂ ਵੱਧ ਕਿਉਂ, ਉਹ ਮੇਰੀ ਗੱਲ ਸੁਣੋ, ਅੱਜ ਬੜੀਆਂ ਗਾਲੀਆਂ ਆ ਰਹੀਆਂ ਨੇ, ਖੈਰ ਹੈ ਗਾਲ ਨਾ ਕਟੋ, ਤਾਂ ਫੁੱਲਾਂ ਦੇ ਹਾਰ ਪਾਈਏ ਕੀ ਕਰੀਏ, ਤੁਹਾਨੂੰ ਪਤਾ ਨਹੀਂ ਲੱਗਦਾ ਅਸੀਂ ਤੇ ਆਪਣਾ ਕੰਮ ਕਰਦੇ ਪਏ ਤੇ ਤੁਸੀਂ ਵੱਟੇ ਕਿਸ ਟੰਦੇ ਪਏ। ਉਹ ਜਿਹੜਾ ਮੈਂ ਤਾਂ ਓਪੋ ਦਾ ਫੋਨ ਲੈ ਕੇ ਦਿੱਤਾ ਸੀ, ਟੱਚ ਫੋਨ ਇਤਨਾ ਵੱਡਾ, ਉਹ ਤਾਂ ਤੂੰ ਬੜਾ ਹੱਸ ਕੇ ਮੇਰੇ ਤੂੰ ਲੈ ਲਿਆ ਸੀ, ਉਹ ਤਰਟ ਮਾਇਆ, ਕਿਹੜਾ ਫੋਨ ਆ ਲੈ ਦਿੱਤਾ ਮੈਨੂੰ। ਅੱਛਾ ਹੁਣ ਉਹ ਕਿਹੜਾ ਫੋਨ ਹੋ ਗਿਆ, ਐਂ ਬਕਵਾਸ ਕਰੀ ਜਾਣਾ ਹੈ, ਉਹ ਮੇਰਾ 40,000 ਰੁਪਇਆ ਲੱਗਾ, ਮੈਂ ਤਾਂ ਆਈਫੋਨ ਓਪੋ ਦਾ ਲੈ ਕੇ ਦਿੱਤਾ, ਮੈਨੂੰ ਕਿਹੜਾ ਹੋ ਗਿਆ, ਮੈਨੂੰ ਨਹੀਂ ਲੈ ਕੇ ਦਿੱਤਾ, ਐਵੇਂ ਬਕਵਾਸ ਨਾ ਝੂਠ ਬੋਲਦਾ ਪਿਆ, ਆ ਮੇਰੀ ਭੈਣ ਕੋਲ ਪੁੱਛ ਲੈ। ਅੱਛਾ ਮੋਬਾਈਲ ਵੇਖਿਆ ਹੀ ਨਹੀਂ ਦਾ, ਬਾਜੀ ਹੁਣ ਤੂੰ ਵੀ ਉਹਦੇ ਨਾਲ ਦੀ ਹੋ ਗਈ ਹੈ, ਹਾਂ ਤੇ ਮੇਰੀ ਭੈਣ ਨਹੀਂ ਹੈ। ਅੱਛਾ ਤੇਰੀ ਭੈਣ ਹੈ, ਇਹਨੇ ਜਿਹੜਾ ਮੇਰੇ ਕੋਲੋਂ ਰੇਸ਼ਮੀ ਸੂਟ ਮੰਗਾਇਆ ਹੈ, ਉਹ ਦੱਸ ਉਹ ਕਿੱਥੇ ਗਿਆ, ਉਹਨਾਂ ਪੈਸੇ ਦਿੱਤੇ ਸੀ ਤੁਸੀਂ ਲਿਆਂਦਾ ਸੀ, ਪੈਸੇ ਪੂਸੇ ਕੋਈ ਨਹੀਂ ਦਿੱਤੇ ਸੀ, ਪੈਸੇ ਦਿੱਤੇ ਸੀ ਤੁਸੀਂ, ਪੈਸੇ ਦਿੱਤੇ ਸੀ, ਪੈਸੇ ਕਰਦੇ ਪਏ ਨਹੀਂ, ਨਹੀਂ ਪੈਸੇ ਦਿੱਤੇ ਸੀ ਮੇਰੇ ਭਰਾ ਨੂੰ, ਤੂੰ ਆਖਿਆ ਫਿਰ ਉਹ ਸੂਟ ਲੈ ਕੇ ਆਇਆ, ਨਹੀਂ ਨਹੀਂ ਪੈਸੇ ਦਿੱਤੇ ਸੀ, ਕੋਈ ਸੂਟ ਲੈ ਕੇ, ਇਹ ਆਪਣੇ ਕੋਲੋਂ ਬਕਵਾਸ ਕਰਦਾ, ਕੋਈ ਸੂਟ ਨਹੀਂ, ਕੋਈ ਪੈਸੇ ਦਿੱਤੇ ਤੇ ਕੋਈ ਲਿਆ ਨਹੀਂ, ਕੋਈ ਦਿੱਤਾ ਨਹੀਂ, ਕੋਈ ਫੋਨ ਨਹੀਂ ਹੈ, ਇਹ ਤਾਂ ਕੋਈ ਨੁਕਰੀਆਂ ਖੜੀਆਂ, ਉਹ ਮੇਰੇ ਤਾਂ ਪੈਸੇ ਸਾਰੇ ਜ਼ਾਇਆ ਗਏ, ਟੱਚ ਫੋਨ ਮੇਰੇ ਕੋਲ ਨਹੀਂ ਦਿੱਤਾ, ਸੂਟ ਰੇਸ਼ਮੀ ਲੈ ਕੇ ਦਿੱਤਾ, ਮੇਰਾ ਪਾ ਆ ਜਾਂਦਾ ਤੁਹਾਡੇ ਨਾਲ ਗੱਲ ਕਰ ਲੈਂਦਾ, ਮੈਂ ਵੇਖ ਗਿੰਸਾ ਤੇਰੇ ਅੱਬੇ ਨਹੀਂ ਵੀ ਵੇਖ ਲਿਆ ਸਾ, ਮੈਂ ਲੱਗ ਜਾ ਗਿਆ, ਵੇਖ ਲੈ ਸਿੱਟ ਮੇਰਾ ਫੋਨ ਸੀ ਆ ਲੈ, ਤੁਸੀਂ ਕਿੰਨੇ ਕੋਏ ਗਏ ਜੀ, ਆ ਮੇਰੀ ਗੱਲ ਸੁਣੋ ਨਾ ਸਹਿਮਾ, ਹਾਂ ਸੁਣਾ, ਪੂਰਾ ਮੇਰਾ 40,000 ਦਾ ਫੋਨ ਸੀ, ਉਹ ਮੈਂ ਤੇਰੇ ਕੋਲ ਲੈਣਾ ਹੀ ਲੈਣਾ, ਮੈਂ ਵੱਟਾ ਮਾਰ ਕੇ ਸਿਰ ਪਾੜ ਦਿੰਦੇ ਕਿਉਂ ਜੇ ਤੋ, ਓ ਬਾਲਟੀ ਦੇਵੇ ਨਾ, ਕਿਉਂ ਤੂੰ ਸਿਰ ਪੜੇ ਸੇ, ਹਾਂ ਤੇ ਪਾੜ ਸਾ, ਹਾਂ ਤੇ ਦੇ ਮੂੰਹ ਵਾਲੀ, ਮੈਂ ਨਿਕਲ ਪਰਾ ਫਿੱਫਰ ਦਾ ਮੂੰਹ ਵਾਲੇ, ਨਿਕਲ ਜਿੱਥੋਂ ਪਰਾ, ਫਿੱਚੋ ਇੱਕ ਅੱਧੂ ਆਰ ਤੇਰਾ ਮੂੰਹ ਹੈ, ਤੂੰ ਮੈਂ ਗੱਲਾਂ ਕਰੇ ਨਹੀਂ, ਆਪਣਾ ਮੂੰਹ ਡੱਡੂ ਹੁੰਦਾ, ਆਪਣਾ ਮੂੰਹ ਵੇਖ, ਮੱਲੀ ਮੱਛੀ ਵਰਗਾ ਤੇਰਾ ਮੂੰਹ ਹੈ, ਤੂੰ ਮੈਨਾ ਨੀ ਮੂੰਹ ਵੇਖ, ਨਿਕਲਾ ਨਿਕਲਾ ਪਰਾ ਤੋਂ, ਆਲਾ ਮੂੰਹ ਵੇਖ ਨਾ, ਕੱਚੂ ਕੁਮਾ ਹੁੰਦਾ, ਕੱਚੂ ਕੁਮਾ ਹੁੰਦਾ, ਐ ਤੇ ਜਿਵੇਂ ਉਹ ਸੁੱਕਾ ਦਵਾਣਾ ਪਿਆ ਹੁੰਦਾ, ਜਿਹਨੂੰ ਕੋਈ ਪੁੱਛਦਾ ਹੀ ਨਹੀਂ ਹੈ, ਜਦੋਂ ਵੱਲਾਂ ਨਹੀਂ ਹੋ ਜਾਂਦੀਆਂ ਦਾਦ, ਉਹ ਛੱਡਦੇ ਨੇ ਲੋਕ, ਉਹ ਦਵਾਣੇ ਤੇਰਾ ਮੂੰਹ ਹੈ, ਇਹ ਤੁਹਾਨੂੰ ਤਕਲੀਫ ਕੀ ਹੈ, ਉਹ ਸਾਨੂੰ ਕੋਈ ਤਕਲੀਫ ਨਹੀਂ, ਅਸੀਂ ਤੁਹਾਨੂੰ ਵੇਖੀਏ ਤਾਂ ਗੁਜ਼ਾਰਾ ਨਹੀਂ ਆਉਂਦਾ ਸਾਡਾ, ਤੁਹਾਡੇ ਘਰ ਮਾਵਾਂ ਭੈਣਾਂ ਕੋਈ ਨਹੀਂ, ਆਪਣੀਆਂ ਮਾਵਾਂ ਵੇਖੋ, ਆਪਣੀ ਭੈਣਾਂ ਜਾ ਕੇ ਵੇਖੋ, ਤੁਹਾਡੇ ਘਰ ਭੈਣਾਂ ਨਹੀਂ ਹੈਗੀਆਂ, ਓਏ ਅੱਬਾ ਐ ਐਵੇਂ ਚਾਤੀਆਂ ਪਾ ਦੇ, ਵੱਟੇ ਮਾਰਦੇ ਪਏ ਨੇ, ਕਿਉਂ ਪਾ ਦੇ ਪਏ, ਦੇਖੋ ਭਾਈਆਂ ਵੀ ਆ ਜੇ, ਓ ਨਹੀਂ ਨਹੀਂ ਇਹ ਤਾਂ ਪੁੱਛ ਜ਼ਰਾ, ਓਏ ਅਸਾਂ ਕੋਈ ਜਾਤੀਆਂ ਨਹੀਂ ਪਾਈਆਂ, ਤੇਰੀਆਂ ਧੀਆਂ ਸਨ ਵੇਖਦੀਆਂ, ਲੈ ਵੇ ਉਹ ਨਹੀਂ ਵੇਂਦਾ, ਤੁਸੀਂ ਵੇਂਦ ਪੈ ਜੇ, ਆ ਵੇਖ ਐ ਦੀਵਾਰ, ਓਏ 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 ਓਏ
ਜਾਂਦੇ ਤਾਂ ਹੋ ਜਾਣਾ ਬੋਲ ਗੱਲ ਮੈਂ ਛੱਡ ਜਾ ਮਾਰਨਾ ਯਾਰ ਪੰਜ ਮਾਰ ਕੇ ਮੈਂ ਤੇਰਾ ਸਿਰ ਪਾੜ ਦੇਣਾ ਹੈ ਮੈਂ ਠੋਸ ਸਾ ਟੰਬ ਤੈਨੂੰ ਤੇਰੀ ਇਹ ਨੱਕ ਮੈਂ ਤੋੜ ਦੇਣੀ ਸਿਰ ਪਾੜ ਦਵਾ ਜੋ ਪਰਾ ਉਤੀਕ ਜੀ ਆ ਤੇ ਕਿੱਦਾਂ ਦਾ ਬਦਲ ਸ਼ਰਮ ਨਹੀਂ ਆਪਾਂ ਇਹਦਾ ਨਾਉਂਦੀ ਹਯਾ ਨਹੀਂ ਕਰੇ ਕੋਈ ਨਹੀਂ ਆ ਚਲੋ ਬੜੀ ਰੌਣਕ ਲੱਗੀ ਸੀ ਚੂਸਣੀ ਦੇ ਮੂੰਹ ਵਾਲਾ ਮੂੰਹ ਜਿਵੇਂ ਸੁੱਕਾ ਚੁਆਰਾ ਆਉਂਦਾ ਜਾਂਦੇ ਨੀ ਕਿਉਂ ਭਰੂਗੇ ਕਾਲੇ ਮੂੰਹ ਵਾਲੇ ਪੇਠੇ ਦੇ ਸਿਰ ਵਾਲੇ ਆ ਅੱਛਾ ਹੁਣ ਗੱਲ ਸੁਣ ਮੇਰੀ ਤੂੰ ਐਡਾ ਬਕਵਾਸ ਹਾਂ ਤੈਨੂੰ ਬੜਾ ਦੁੱਖ ਹੋਇਆ ਬੜੇ ਗੈਰਤਮੰਦ ਬਣਿਆ ਆਪਣੀ ਧੀਆਂ ਦੇ ਕਰਤੂਤ ਦੱਸਾਂ ਤੈਨੂੰ ਇਹਨਾਂ ਦੇ ਕਾਰਨਾਮੇ ਕੀ ਓ ਇਹ ਜਿਹੜੀ ਖੱਲੀ ਏ ਇਹ ਕੱਦੂ ਦੇ ਸਿਰ ਵਾਲੀ ਬਕਵਾਸ ਕਰ ਜਿਹੜੀ ਕਰਨੀ ਆ ਜਿਹੜੀ ਕਰਨਾ ਵੀ ਕਰ ਬਕਵਾਸ ਇਹਨੇ ਭਰਾ ਨੂੰ ਲੁੱਟ ਕੇ ਖਾ ਜੀ ਨੇ ਓਏ ਇਹਨਾਂ ਦਾ ਬਲੂ ਓਪੋ ਦਾ ਫੋਨ ਲੈ ਆਈ ਆਹਾ ਹੋਇ ਲਿਆ ਲਿਆ ਝੂਠ ਮਾਰਦਾ ਬਕਵਾਸ ਕਰਦਾ ਦੂਜਾ ਤੂੰ ਬਦਨਾਮੀ ਪੈ ਲਾ ਓ ਦੂਸਰੀ ਜਿਹੜੀ ਤੇਰੀ ਧੀ ਏ ਓਦੇ ਕਰ ਤੂੰ ਸੁਣ ਲੈ ਓ ਮੇਰੇ ਕੋਈ ਸ਼ੈ ਨਹੀਂ ਲਈ ਸੂਟ ਮੰਗਿਆ ਸੂਟ ਕੋਈ ਸ਼ੈ ਨਹੀਂ ਲਈ ਕੋਈ ਸ਼ੈ ਨਹੀਂ ਕੋਈ ਸ਼ੈ ਨਹੀਂ ਲਈ ਯਾ ਧੀਆਂ ਕਹਿ ਮੇਰੇ ਪੈਸੇ ਸੂਟ ਮੋਬਾਈਲ ਵਾਪਸ ਕਰਨ ਯਾ ਦੇਈਏ ਕਿ ਤੂੰ ਯਾ ਮੇਰੇ ਨਾਲ ਗੱਲ ਬਾਤ ਕਰਨ ਕਰ ਸਕਦੇ ਹੋ ਸਾਡਾ ਕੀ ਲੈਣਾ ਤੇਰੇ ਨਾਲ ਗੱਲ ਬਾਤ ਕਰੀਏ ਹੈ ਅਰੇ ਮਾਵਾ ਨਾਲ ਬੈਣਾ ਨਾਲ ਜਦ ਗੱਲ ਬਾਤ ਕਰੋ ਅਸਾਂ ਸੂਟ ਤੇ ਫੋਨ ਦਿੱਤਾ ਹੋਇਆ ਹੈ ਵਾਹ ਕਿਹੜਾ ਸੂਟ ਫੋਨ ਹੈ ਕੱਢੋ ਬਾਹਰ ਸਾਡੇ ਕੋਲ ਕਾਈ ਨਹੀਂ ਹੈ ਠੀਕ ਹੈ ਮੈਮ ਬਾਬਾ ਹਾਂਜੀ ਉਹ ਤੇਰੀ ਐਨਕ ਦੇ ਸ਼ੀਸ਼ੇ ਸਾਫ਼ ਹੋਣ ਵਾਲੇ ਨੇ ਸਾਫ਼ ਨੇ ਤੂੰ ਕਰ ਦੇਣਾ ਹੈ ਮੈਂ ਸਾਫ ਕਰਕੇ ਨਹੀਂ ਦੇਂਦਾ ਮੈਂ ਤੁਹਾਡੀ ਸਾਰੀਆਂ ਦੀ ਅੱਖਾਂ ਵੀ ਸਾਫ ਕਰਕੇ ਦੇਵਾਂਗਾ ਉਹ ਫੋਨ ਹੈ ਜੇਬ ਵਿੱਚ ਵੇਖ ਪਿਓ ਦੀ ਜੇਬ ਵਿੱਚ ਜਿਹੜਾ ਮੈਂ ਤੈਨੂੰ ਲੈ ਕੇ ਦਿੱਤਾ ਸੀ ਬਕਵਾਸ ਕੀਤੀ ਜਾਂਦਾ ਬਏ ਫੋਨ ਮੈਂ ਇਹਨੇ ਨਹੀਂ ਦਿੱਤਾ ਇਹ ਕਿੱਥੋਂ ਆਇਆ ਫੋਨ ਪੁੱਛਦੀ ਤੂੰ ਕਿੱਥੋਂ ਆਇਆ ਹੈ ਇਹ ਮੇਰੇ ਭਰਾ ਦੇ ਆਖ ਦਿੱਤਾ ਹੈ ਬਕਵਾਸ ਕੀਤੀ ਜਾਂਦਾ ਉਹ ਮੇਰੇ ਕੋਲ ਦੀ ਰਸੀਦ ਹੈਗੀ ਹੈ ਉਹ ਮੇਰੇ ਭਰਾ ਕਿੱਥੇ ਰਸੀਦ ਹੈ ਸਾਰਾ ਸਬੂਤ ਹੈ ਉਹ ਤੇਰਾ ਭਰਾ ਤਾਂ 1 ਸਾਲ ਹੋ ਗਿਆ ਤੇਰਾ ਪੁੱਤਰ ਤਾਂ ਦੁਬਈ ਗਿਆ ਹੋਇਆ ਉਸ ਤੇ ਤੈਨੂੰ 1 ਰੁਪਈਆ ਨਹੀਂ ਭੇਜਿਆ ਇਸ ਕਿੱਥੋਂ ਫੋਨ ਲੈ ਲਿਆ ਹੈ ਪੁੱਛੋ ਪੁੱਛ ਦੀ ਤੂੰ ਮੈਂ ਲੈ ਦਾ ਪਾਪੀ ਆ ਤੂੰ ਝੂਠੀਆਂ ਦੇ ਇਹ ਮੋਬਾਈਲ ਰੁਪਿਆ ਸਾਡ ਭਾਈ ਨਾਲ ਤੇ ਅੱਪਾ ਨਹੀਂ ਝੂਠ ਮਾਰ ਦਿਆ ਜੇ ਓਏ ਅੱਪਾ ਨਹੀਂ ਉਹ ਅਸੀਂ ਨਹੀਂ ਲਿਆ ਫੋਨ ਮੈਂ ਖਾ ਦੇ ਝੂਠ ਮਾਰ ਲੈ ਭਾਈ ਨਾਲ ਓਏ ਅੱਪਾ ਨਹੀਂ ਲਿਆ ਫੋਨ ਹੁਣ ਮਜ਼ਾ ਆ ਰਿਹਾ ਹੈ ਮਜ਼ਾ ਆ ਰਿਹਾ ਹੈ ਅੱਛਾ ਲੈ ਮਾਰ ਜਾਵਾ ਤੇਰੇ ਕੋਲ ਨਿਕਲ ਜਾਵਾ ਮਜ਼ਾ ਆ ਰਿਹਾ ਹੈ ਨਿਕਲ ਜਾਵਾ ਠੀਕ ਹੈ ਨਾ ਅਸੀਂ ਨਹੀਂ ਝੂਠ ਬੋਲਦੇ ਸਹੀ ਕਹਿ ਰਹੇ ਅਸੀਂ ਨਹੀਂ ਮੋਬਾਈਲ ਲਿਆ ਅੱਬਾ ਐਵੇਂ ਡੰਡਾ ਲੈ ਸਾਡੇ ਦੁਆਲੇ ਪਿਆ ਤੁਸੀਂ ਅੱਬੇ ਨਾਲ ਝੂਠ ਮਾਰਿਆ ਤਾਂ ਪਰ ਤੁਸੀਂ ਝੂਠ ਨਾ ਮਾਰਿਆ ਉਹ ਪਾਗਲ ਨਹੀਂ ਬੋਲਿਆ ਫਿਰ ਤੇ ਮੂੰਹ ਆਇਆ ਤੁਸੀਂ ਝੂਠਾ ਫਾੜੇ ਭਾਈਆਂ ਨੂੰ ਇਹਨਾਂ ਨੂੰ ਮਾਰ ਬਗੈਰ ਤੂੰ ਵੀ ਬਗੈਰਤ ਦੱਲਾ ਉਹਨਾਂ ਨੂੰ ਨਾਲ ਲਿਆ ਤੈਨੂੰ ਇਹ ਸ਼ਰਮ ਨਹੀਂ ਆਉਂਦੀ ਦਾ ਭਾਈ ਨੇ ਝੂਠ ਮਾਰਿਆ ਜੀ ਇਹ ਫਲਾਣਾ ਬਗੈਰਤਾ ਤੈਨੂੰ ਸ਼ਰਮ ਨਾ ਆਈ ਤੂੰ ਬਗੈਰ ਤੂੰ ਕੋ ਲਿਆ ਆਈ ਹੈ ਤੇਰਾ ਕੰਮ ਨਹੀਂ ਆ ਘੁੱਟ ਲਿਆ ਓ ਫਾੜੇ ਤੈਨੂੰ ਸ਼ਰਮ ਨਾ ਆਈ ਜਰਾ ਵੀ ਹੈ ਦੱਸ ਦਰ ਮਾਰ ਕੀ ਸ਼ਰਮ ਆ ਚੀ ਉਹਨਾਂ ਨੂੰ ਐਸਾ ਕਰ ਲੈ ਉਹ ਚੀ ਉਹਨਾਂ
ਪਹਿਲੇ ਤੇਰੇ ਨਾਲ ਨਹੀਂ ਬੜਾ ਕਾਲੇ ਮੂੰਹ ਵਾਲਿਆ ਸ਼ਰਮ ਨਹੀਂ ਆਉਂਦੀ ਸਰ ਸ਼ਰਮ ਨਹੀਂ ਆਉਂਦੀ ਸਰ ਮਾਰ 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 ਸ਼ਰਮ